ਬਿਸਮਿਲ੍ਲਾ ਰਹਿਮਾਨ ਰਹੀਮ। ਅਸਲਾਮ ਅਲੈਕੁਮ, ਵੇਖ ਰਹੇ ਹੋ ਤੁਸੀਂ ਆਪਣਾ ਸੁਰਖੀਆਂ ਚੈਨਲ ਤੇ ਮੈਂ ਤੁਹਾਡਾ ਮਿਹਰਬਾਨ ਨਿਸ਼ਾਨ। ਭਰਾਵਾਂ ਵਾਤੇ ਰੋਜ਼ਾਨਾ ਦੀ ਨਵੀਂ ਤੋਂ ਨਵੀਂ ਤੇ ਅੱਛੀ ਤੋਂ ਅੱਛੀ ਵੀਡੀਓ ਲੈ ਕੇ ਹਾਜ਼ਰ ਹੋ ਵੀ ਤੇ ਮਿਹਨਤ ਕਰਨਾ। ਇਨਸ਼ਾਅੱਲਾ ਭਰਾਵਾਂ ਨੂੰ ਵੀਡੀਓ ਪਸੰਦ ਆਉਂਦੀ ਹੈ, ਵੀਡੀਓ ਨੂੰ ਲਾਈਕ ਵੀ ਕਰਦੇ ਹੋ, ਵੀਡੀਓ ਨੂੰ ਸ਼ੇਅਰ ਵੀ ਕਰਦੇ ਹੋ। ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਬੈਲ ਆਈਕਾਨ ਦਾ ਬਟਨ ਜਿਹੜਾ ਜ਼ਰੂਰ ਦਬਾ ਲੈਣਾ ਤਾਂ ਕਿ ਸਾਡੀ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਜਿਹੜੀ ਹੈ ਭਰਾਵਾਂ ਤੱਕ ਆਸਾਨੀ ਪਹੁੰਚ ਸਕੇ। ਵੀਡੀਓ ਜਿਹੜੀ ਬਣਾਉਣ ਲੱਗਿਆ ਵੀਡੀਓ ਇਸ ਤਰ੍ਹਾਂ, ਸਾਰੇ ਜਿਹੜੇ ਭਰਾਵਾਂ ਹੋਬੀ ਵਾਕਫ ਨੇ ਇਸ ਚਿਹਰੇ ਤੋਂ, ਇਸ ਡੇਰੇ ਤੋਂ ਸਿਲਸਿਲਾਵਾਰ ਵੀਡੀਓ ਜਿਹੜੀ ਇਹਨਾਂ ਦੇ ਸੋਮਵਾਰ ਵਾਲੇ ਦਿਹਾੜੇ ਚੱਲਦੀ ਪਈ ਹੈ। ਭਾਈ ਗੁਲਸ਼ੇਰ ਦੇ ਪਿੰਡ ਇਹਨਾਂ ਦਾ ਟਿੱਬੀ ਸਿੰਘੋ, ਵੀਡੀਓ ਦਾ ਐਡਰੈਸ ਇੰਜਲ ਜ਼ਿਲ੍ਹਾ ਇਹਨਾਂ ਦਾ ਗੁਜਰਾਤ ਹੈ, ਤਹਿਸੀਲ ਵੀ ਗੁਜਰਾਤ ਹੈ, ਪਿੰਡ ਇਹਨਾਂ ਦਾ ਟਿੱਬੀ ਸਿੰਘੋ ਹੈ। ਲੋਕੇਸ਼ਨ ਇਸ ਤਰ੍ਹਾਂ, ਕਿਸੇ ਵੀ ਭਰਾ ਨਾ ਹੋਵੇ, ਗੁਜਰਾਤ ਤੋਂ ਨਿਕਲੀਏ ਜਿਸ ਵੇਲੇ ਲਾਲੇ ਮੂਸਿਆਂ ਲਖਾਰੀਆਂ ਵਾਲੀ ਸਾਈਡ 'ਤੇ ਸਰਵਤ ਮੋੜ ਕ੍ਰਾਸ ਕਰਕੇ ਤੇ ਅੱਗੇ ਪੁਲ ਆਉਂਦਾ ਰਹਿਮਾਨੀਆਂ ਵਾਲਾ, ਉਸ ਪੁਲ ਦੇ ਉੱਤੋਂ ਰਸਤਾ ਢਲਦਾ ਪੁਰਾਣਾ ਜਿਹੜਾ ਡਿੰਗਾ ਰੋਡ ਹੈ, ਉਸ ਰੋਡ ਦੇ ਉੱਤੇ ਆ ਜਾਣੇ ਤੇ ਅੱਗੇ ਪਿੰਡ ਆਉਂਦਾ ਚੇਚੀਆਂ। ਚੇਚੀਆਂ ਦੇ ਜਿਹੜਾ ਨਾ ਪਿੰਡ ਜਿਸ ਵੇਲੇ ਆਉਣਾ ਪਿੰਡ, ਅਤੇ ਅੱਗੇ ਰੋਡ ਦੇ ਉੱਤੇ ਜਿਹੜਾ ਬੋਰਡ ਹੈ ਲੱਗਿਆ ਟਿੱਬੀ ਸਿੰਘੋ ਦਾ, ਖੱਬੀ ਸਾਈਡ 'ਤੇ ਜਿਹੜਾ ਨਾ ਰਸਤਾ ਢਲਦਾ ਤਕਰੀਬਨ ਜਿਹੜਾ ਨਾ ਰੋਡ ਤੋਂ ਢਾਲ ਕੇ ਅੱਗੇ 1 ਕਿਲੋਮੀਟਰ ਤੋਂ ਬਾਅਦ ਜਿਹੜਾ ਇਹਨਾਂ ਦਾ ਪਿੰਡ ਆਉਂਦਾ, ਅਤੇ ਪਿੰਡ ਵੜਦੇ ਜਿਹੜਾ ਇਹਨਾਂ ਦਾ ਡੇਰਾ। ਵੀਡੀਓ ਅੱਗੇ ਤੁਸੀਂ ਸੋਮਵਾਰ ਵਾਲੇ ਦਿਹਾੜੇ ਵੇਖਦੇ ਪਏ, ਮਾਲ ਵੇ ਅਤੇ ਮੁੱਲ ਵੇ ਸਾਰੇ ਭਰਾ ਜਿਹੜੇ ਨੇ ਪਸੰਦ ਵੀ ਕਰਦੇ ਨੇ। ਅੱਜ ਵੀ ਮੱਝਾਂ ਨੇ 6 ਜਿਹੜੀਆਂ ਉਹਨਾਂ ਨੇ ਲਾਣੀਆਂ ਨੇ, ਬਾਕੀ ਉਹਨਾਂ ਦੀ ਗੱਲਬਾਤ ਜਿਹੜੀ ਉਹ ਇਨਸ਼ਾਅੱਲਾ 1-1 ਮਾਈ 'ਤੇ ਜਾ ਕੇ ਉਹ ਸਾਰੀ ਜਿਹੜੀ ਭਾਈ ਗੁਲਸ਼ੇਰ ਨਾਲ ਹੀ ਹੋਵੇ, ਇਹਦੇ ਨਾਲ ਪੁੱਛ ਲੈਂਦੇ ਹਾਂ ਕਿੰਨੀਆਂ ਪਹਿਲਣਾਂ ਨੇ ਜਾਂ ਕੋਈ ਵਿੱਕੀਆਂ ਵੀ ਨਹੀਂ ਜਾਂ ਸਾਰੀਆਂ ਖੜੀਆਂ ਨੇ, ਜਿਹੜੀ ਗੱਲਬਾਤ ਉਹ ਅਸੀਂ ਭਾਈ ਗੁਲਸ਼ੇਰ ਨਾਲ ਕਰਨੇ ਹਾਂ, ਅਤੇ ਨਾਲ ਜਿਹੜੀ ਵੀਡੀਓ ਨਾ ਉਹ ਵੀ ਕਰਨੇ ਹਾਂ ਜੀ। ਚਲੋ ਪਹਿਲੀ ਅਰਜ਼ ਤੇ ਕਰਨਾ ਕਿ ਜਿਹੜੀ ਟੀਮ ਹੈ ਨਾ ਸਾਡੀ ਮੱਝਾਂ ਚੜ੍ਹਨ ਵਾਲੀ ਤੇ ਸਾਡੀ ਟੀਮ ਜਿਹੜੀ ਵੇਖਣ ਵਾਲੀ ਹੈ, ਇਹਨਾਂ ਨੂੰ ਮੇਰੀ ਤਰਫੋਂ ਅਸਲਾਮੁ ਅਲੈਕੁਮ। ਵਾਲੇਕੁਮ ਸਲਾਮ ਜੀ। ਤਮਾਮ ਵਾਤੇ ਚੋਖਾ ਚੋਖਾ ਤੇ ਬਕਾਇਆ ਜੇ ਮੱਝਾਂ ਜੇ 6 ਜੀ, ਜਿਨ੍ਹਾਂ ਵਿੱਚੋਂ 2 ਮੱਝਾਂ ਆਈਆਂ ਜੇ ਪਹਿਲਣਾ, ਤੇ 2 ਮੱਝਾਂ ਦੂਜਣਾ, ਤੇ 2 ਮੱਝਾਂ ਤੀਸਰੇ ਸੂਰ। ਠੀਕ ਹੈ, ਜੋੜੇ ਦੀ ਜਾਂ ਜੋੜੇ ਦੀ, ਲੇਕਿਨ ਕੋਈ ਭਰਾ ਆ ਗਿਆ ਜੇ ਵਜ਼ੀਰਾਬਾਦੂ ਅੱਗੇ ਸੋਧਰਾ, ਸੋਧਰੇ ਤੋਂ ਅੱਗੋਂ ਕੋਈ ਪਿੰਡ ਹੈ, ਬੰਦਾ ਵੀ ਬ੍ਰਾਹਮ ਬੰਦਾ ਵੀ ਮੌਜੂਦ ਹੈ ਭਾਈ ਸਮਝ, ਤੇ ਮੱਝਾਂ ਵੀ ਆਈਏ ਮੌਜੂਦ ਨੇ। ਉਹਨਾਂ ਪਿਛਲੀ ਵੀਡੀਓ 'ਤੇ ਫੋਨ ਸ਼ੋਨ ਕੀਤਾ ਅਤੇ ਮੱਝਾਂ ਗਈਆਂ ਵੇਖ, ਉਹਨਾਂ ਨੂੰ ਆਖਿਆ ਵਾ ਭਾਈਆ ਜੀ ਮੱਝਾਂ ਵੇਖ ਗਈਆਂ ਨੇ, ਉਹਨਾਂ ਆਖਿਆ ਹੁਣ ਫਿਰ ਮੈਂ ਕਿਹਾ ਤੁਸੀਂ ਐਤਵਾਰ ਵਾਲੇ ਦਿਹਾੜੇ ਨਾ ਮੱਝਾਂ ਆ ਜਾਂਦੀਆਂ ਨੇ ਤੇ ਤੁਸੀਂ ਆ ਜਾਇਓ। ਉਹ ਭਰਾ ਜੇ 3 ਭਰਾ ਜੇ ਉਹ ਆ ਗਏ ਨੇ, ਉਹਨਾਂ ਆ ਕੇ ਤੇ ਇੱਕ ਪਹਿਲਣ ਤੇ ਇੱਕ ਦੂਸਰੇ ਸੂਰ, ਉਹਨਾਂ 2 ਮੱਝਾਂ ਦਾ ਸੌਦਾ ਕਰ ਲਿਆ, 2 ਬੰਦੇ ਟੁਰ ਗਏ ਨੇ, ਇੱਕ ਬੰਦਾ ਵੀ ਮੌਜੂਦਾ ਹੈ ਤੇ ਮੱਝਾਂ ਵੀ ਆਈਏ ਮੌਜੂਦਾ ਨੇ, ਗੱਡੀ ਵਾਲੇ ਦੀ ਇੰਤਜ਼ਾਰ ਪੇ ਕਰਦੇ ਨੇ, ਗੱਡੀ ਵਾਲਾ ਆਉਣ ਲੱਗਾ ਭਾਈ ਚੇਰ। ਹਾਂ ਇਨਸ਼ਾਅੱਲਾ ਉਹਦੇ ਤੇ ਜਾ ਕੇ ਨਾ ਉਹਨਾਂ ਦੀ ਵੀ ਗੱਲਬਾਤ ਹੋਵੇਗੀ, ਨਾਲ ਜਿਨ੍ਹਾਂ ਨੇ ਲਈਆਂ ਨੇ ਮਾਲਕ ਵੀ ਮੌਜੂਦ ਨੇ, ਉਹਨਾਂ ਨੂੰ ਵੀ ਲੈ ਕੇ ਆਵਾਂਗੇ। ਦੇਖੋ ਨੈਟਵਰਕ ਬਣਦਾ ਪਿਆ ਨਾ ਭਰਾ, ਜਿਹੜੇ ਨੇ ਮੁੱਲ ਜ਼ਿਆਦ ਲਾਉਂਦੇ ਹੋ ਨਾ, ਵੇਖਦੇ ਪਿਓ ਵੀਡੀਓ ਤੋਂ ਪਹਿਲਾਂ ਮਾਲ ਵੇਚਣਾ ਸ਼ੁਰੂ ਹੋ ਗਿਆ, ਤੁਹਾਡਾ ਮਾਲ ਤੇ ਮੁੱਲ ਪਿਆ ਵਿਕਦਾ। ਅਸੀਂ ਕਹੀਏ ਨਾ ਨਾ ਤੇ ਭਾਈ ਇਹ ਗੁਲਸ਼ੇਰ ਨਾ ਤੁਹਾਨੂੰ ਕੋਈ ਵੇਖਦਾ ਨਾ ਮੈਨੂੰ ਵੇਖਦਾ, ਜਿਹੜੇ ਭਰਾ ਨੇ ਨਾ ਸਾਡੇ ਸਬਸਕ੍ਰਾਈਬਰ ਨੇ ਫਾਲੋਅਰ ਨੇ, ਉਹ ਮਾਲ ਵੇਖਦੇ ਨੇ, ਮੁੱਲ ਵੇਖਦੇ, ਜਿੱਥੋਂ ਉਹਨਾਂ ਨੂੰ ਮਾਲ ਚੰਗਾ ਤੇ ਸਸਤਾ ਲੱਭਦਾ ਨਾ ਉੱਥੋਂ ਉਹ ਖਰੀਦਦੇ ਨੇ, ਇਹ ਉਹਨਾਂ ਦੀ ਮੁਹੱਬਤ ਹੈ। ਜਿਹੜੇ ਭਰਾ ਸਾਡੇ ਤੇ ਇਤਮਾਦ ਪੇ ਕਰਦੇ ਨੇ, ਮਾਲ ਪੇ ਖਰੀਦਦੇ ਨੇ, ਤੇ ਇਨਸ਼ਾਅੱਲਾ ਅਸੀਂ ਇਸੇ ਤਰ੍ਹਾਂ ਆਪਣੀ ਜਿਹੜੀ ਪੂਰੀ ਟੀਮ ਹੈ ਨਾ ਇਤਮਾਦ ਦਾ ਨਾਂ ਜਿਹੜਾ ਨਾ ਆਪਣਾ ਬਰਕਰਾਰ ਇਨਸ਼ਾਅੱਲਾ ਰੱਖਾਂਗੇ ਇਨਸ਼ਾਅੱਲਾ ਜੀ। ਬਾਕੀ ਰਹਿ ਗਈਆਂ ਨੇ 4 ਜਿਹੜੀਆਂ ਲਾਣੀਆਂ, ਸੁਣਾਓ ਪਿਛਲੀ ਵੀਡੀਓ ਦਾ ਕਿਹਦਾ ਰਿਹਾ ਰਿਜ਼ਲਟ ਮੱਝਾਂ। ਮੈਂ ਕਹਿੰਦਾ ਪਿਛਲੀ ਵੀਡੀਓ ਵਿੱਚ ਵੀ ਸਰਕਾਰ ਮੇਰੀ ਰਿਜ਼ਲਟ ਠੀਕ ਰਿਹਾ ਜੇ, ਵਾ ਸਵਾਰ ਵਾਲੇ ਦਿਹਾੜੇ ਵੀਡੀਓ ਚੜੀ ਜੇ, ਤੇ ਮੰਗਲ ਵਾਲੇ ਦਿਹਾੜੇ ਮਾਲ ਸਰਕਾਰ ਮੇਰੀ ਡੀਗਰ ਸ਼ਾਮ ਨੂੰ 6 ਮੱਝਾਂ ਜਿਹੜੀਆਂ ਨੇ ਸੇਲ ਹੋ ਗਈ, ਤੁਰ ਗਈਆਂ ਸਨ, ਤੁਰ ਗਈਆਂ ਸਨ। ਠੀਕ ਹੈ, ਕਰੀਏ ਬਿਸਮਿਲ੍ਲਾ ਜੀ, ਕਰੋ ਬਿਸਮਿਲ੍ਲਾ, ਕਿਹਦੇ ਤੋਂ ਸ਼ੁਰੂ ਕਰਨੀ? ਐਸੇ ਵੱਡੀ ਮਾਈ ਚੋਂ ਛੋਟੀ ਤੋਂ ਕਰੋ, ਹੌਲਾ ਨੂੰ ਯਾਦ ਕਰਕੇ ਲੈਣੇ ਦੇਣੇ ਤੇ ਨਸੀਬ ਨੇ ਜੀ। ਬਹਰਲ ਭਾਈ ਗੱਲ ਇਸ ਤਰ੍ਹਾਂ, ਚੀਜ਼ ਵੇਖਣੀ ਹੈ, ਚੀਜ਼ ਵੇਖ ਕੇ ਭਰਾਵਾਂ ਨੂੰ ਵੀ ਵਿਖਾਣੀ ਹੈ, ਤੇ ਇਹ ਗੱਲ ਆਖਣੀ ਹੈ ਭਰਾਵਾਂ ਵਾਸਤੇ ਕਿ ਤੋਹਫੇ ਦੇ ਤੌਰ ਤੇ ਆਉਂਦੀ ਹੈ ਭਾਈ ਸਮਝ, ਜੇ ਕਿਸੇ ਭਰਾ ਨੂੰ ਲੋੜ ਜ਼ਰੂਰਤ ਹੋਵੇ ਤੇ ਬਿਸਮਿਲ੍ਲਾ। ਦੇਖੋ ਜੀ, ਲੈਣੀ ਤੇ ਲੋੜ ਨਾਲ, ਲੈਣੀ ਤੇ ਕਿਸੇ ਲੋੜ ਨਾਲ, ਲੇਕਿਨ ਮੇਰੀ ਚੀਜ਼ਾਂ ਨੂੰ ਵੇਖ ਕੇ ਕੋਈ ਬੰਦਾ ਇਹ ਗੱਲ ਕਰੇ ਬਸ, ਸਿਰ ਤੋਂ ਲੈ ਕੇ ਪੈਰਾਂ ਤੱਕ ਮੇਰੀ ਝੋਟੀ ਦੂਸਰੇ ਸੂ ਸੂਈ ਹੈ, ਅੱਜ ਚੌਥਾ ਦਿਨ ਝੋਟੀ ਸੂਈ, ਠੀਕ ਹੈ, ਨਿੰਦਣ ਨਹੀਂ ਲੱਗ, ਕੋਈ ਬੰਦਾ ਨਿੰਦਣ ਨਹੀਂ ਲੱਗ।
ਹੈਗਾ ਲੈਣੇ ਦੇਣੇ ਤੇ ਨਸੀਬ ਨੇ ਲੈਣੇ ਦੇਣੇ ਜਿਹੜੇ ਭਰਾ ਵੀਡੀਓ ਵੇਖਦੇ ਨੇ ਨਾ ਉਹ ਆਪਣਾ ਸ਼ੌਕ ਵੀ ਪੂਰਾ ਕਰਨ ਤੇ ਜਿਹੜਾ ਭਰਾ ਕੋ ਗਰਜ਼ ਮੰਦੇ ਉਹ ਰਾਬਤਾ ਵੀ ਕਰੇ ਲਿਆਂਦੀ ਹੈ ਵੇਚਣ ਵਾਸਤੇ ਵੇਚਣ ਵਾਸਤੇ ਚੀਜ਼ ਵਹਾਣ ਜੇ ਬਲਾਲ ਚੱਕ ਨਹੀਂ ਛੱਡਦਾ ਤੇ ਵੇਖਣ ਦੇ ਜਿਹੜੇ ਨੇ ਨਾ ਭਾਈ ਗੁਲਸ਼ੇਰ ਆਪਣੇ ਸਬਸਕ੍ਰਾਈਬਰ ਨੇ ਨਾ ਉਹ ਨਹੀਂ ਛੱਕ ਛੱਡਦੇ ਧੁੰਨੀ ਕੋਲੀ ਤੇ ਮੈਂ ਕਹਿੰਦਾ ਲਿਬਾਸ ਤਖਤੀ ਆਲਾ ਭਰਾਵਾਂ ਦੇ ਸਾਹਮਣੇ ਤੇ ਥਣ ਜਿਹੜਾ ਦੋਹਰਾ ਤੇ ਮੁੱਠ ਜਿਸ ਨਾਲ ਭਰਾਵਾਂ ਦੀ ਫਰਮਾਇਸ਼ ਹੁੰਦੀ ਲੈਣੇ ਦੇਣੇ ਨਸੀਬ ਨੇ ਝੋਟੀ ਦੇ ਸੁਨੱਪ ਚ ਸ਼ੱਕ ਨਹੀਂ ਹੈ ਤੇ ਫਿਰ ਝੋਟੀ ਦੁੱਧ ਵਾਲੀ ਵੀ ਅੱਜ ਚੌਥੇ ਦਿਹਾੜੇ ਦੀ ਝੋਟੀ ਸੂਈ ਕੋਲੇ ਮੌਕੇ ਤੇ ਝੋਟੀ ਕੋਲੇ 12 ਕਿਲੋ ਦੀ ਗਰੰਟੀ ਦਿਆਂਗਾ ਤੇ ਜਵਾਬ ਭਾਈਆ ਜੀ ਏਡਾ ਕੋ ਮੋਟਾ ਤੇ ਪੋਲਾ ਹੋਵੇ ਤਾਂ ਜਿਹਦੀ ਬਾਕੀ ਕੋਈ ਭਾਵੇਂ ਕੋਈ ਬੱਚਾ ਵੀ ਬੱਚਾ ਬਹਿ ਕੇ ਚੋਏ ਵਡੇਰਾ ਬਹਿ ਕੇ ਚੋਏ ਕੋ ਬੀਬੀ ਬਹਿ ਕੇ ਚੋਏ ਕੋਈ ਫਿਕਰ ਵਾਲੀ ਗੱਲ ਕੋਈ ਠੀਕ ਹੈ ਭਾਈ ਗੁਲਸ਼ੇਰ ਕਿੰਨਾ ਪੇ ਦੱਸ ਦਿਓ ਦੁੱਧ 12 ਕਿਲੋ ਜੀ 12 ਕਿਲੋ 12 ਕਿਲੋ ਦੋਵਾਂ ਟਾਈਮਾਂ ਦਾ ਸਾਰੀ ਦਾ ਜਾਂ ਖਾਣ ਬੱਚਿਆਂ ਨੂੰ ਦੇ ਨਾ ਸਾਰੀ ਝੋਟੀ ਕੋਲੇ ਮੌਕੇ ਤੇ 12 ਕਿਲੋ ਦੁੱਧ ਦੇ ਅੱਜ ਚੌਥਾ ਦਿਨ ਝੋਟੀ ਸੂਈ ਨੂੰ ਠੀਕ ਹੈ ਜਾ ਬੱਚਾ ਕੱਟਾ ਸੋ ਮਗਰ ਬਿਸਮਿਲਲਾ ਪੜੋ ਹੋ ਭਾਈ ਗੁਲਸ਼ੇਰ ਅੱਗੇ ਵੀ ਮੱਝਾਂ ਨੇ ਜਾ ਭਰਾਵਾਂ ਨੇ ਵੇਖ ਲੈਣੀਆਂ ਨੇ ਉਂਝ ਮੇਰੇ ਖਿਆਲ ਦੇ ਵਿੱਚ ਚਲੋ ਇੱਕ ਆਪਣੀ ਆਪਣੀ ਪਸੰਦ ਹੁੰਦੀ ਹੈ ਭਰਾਵਾਂ ਦੀ ਅਗਰ ਵੀਡੀਓ ਦਾ ਸਿਰ ਹੈ ਨਾ ਜਾ ਉਹ ਇਹਦੇ ਸਿਰ ਤੇ ਰੱਖਣ ਹੁੰਦਾ ਇਨਸ਼ਾਅੱਲਾ ਜੀ ਬਿਸਮਿਲਲਾ ਪੜੋ ਜੀ ਕਿੰਨੇ ਦੀ ਦੇ ਸਕਣੀ ਹੈ ਪੱਕੀ ਤੇ ਪੀਡੀ ਜਿੱਥੇ ਵੀ ਭਾਈ ਗੁਲਸ਼ੇਰ ਭਰਾ ਬਹਿ ਕੇ ਵੇਖਣ ਨਾ ਉਹਨਾਂ ਨੂੰ ਝੋਟੀ ਵੀ ਪਸੰਦ ਆਵੇ ਤੇ ਮੁੱਲ ਵੀ ਪਸੰਦ ਆਵੇ ਮਾਲ ਮੁੱਲ ਵਿਕਦਾ ਬਿਸਮਿਲਲਾ ਪਾਠੜੋ ਪੱਕੀ ਤੇ ਪੀਡੀ ਜੈ ਜੀ ਰੋਜ਼ੀ ਰਾਹ ਕੇ ਜਿਹੜਾ ਭਰਾਵਾਂ ਨਾਲ ਵਾਅਦਾ ਕੀਤੇ ਆ ਜੇ ਕਿੰਨੇ ਦੀ ਦੇ ਸਕਣੀ ਭਾਈ ਜੀ ਮੁੱਲ ਕਰਨਾ ਵੇ ਤੇ ਝੋਟੀ ਏ ਮੇਰੀ 3 ਲੱਖ ਤੋਂ ਵੀ ਵੱਧ ਠੀਕ ਹੈ ਲੇਕਿਨ ਉਹ ਮੁੱਲ ਇੱਥੇ ਕਰਨਾ ਕੋਈ ਜ਼ਿੰਦਾਬਾਦ ਜੀ ਗੱਲ ਤੇ ਇਸ ਤਰ੍ਹਾਂ ਜੇ ਕਿਸੇ ਭਰਾ ਦੇ ਝੋਟੀ ਪਸੰਦ ਵੇ ਤੇ 2,80,000 ਰੁਪਏ ਦੀ ਝੋਟੀ ਦੇ ਸਕਣੀ ਜ਼ਿੰਦਾਬਾਦ ਜੀ 2,80,000 ਰੁਪਏ ਦੀ ਨੰਬਰ 1 ਜਿਹੜੀ ਹੈ ਦੇ ਸਕਦੇ ਪਹਿਲੇ ਨੰਬਰ ਵਾਲੀ ਕੱਦ ਸੁਨੱਪ ਹਰ ਚੀਜ਼ ਭਰਾਵਾਂ ਦੇ ਸਾਹਮਣੇ ਅਗਲੇ ਫੈਸਲੇ ਭਰਾਵਾਂ ਨੇ ਆਪ ਹੀ ਕਰ ਲੈਣੇ ਉਹ ਜੇ ਅੱਗੇ ਜਿਹੜਾ ਜੀ ਨੰਬਰ 2 ਭਾਈ ਗੁਲਸ਼ੇਰ ਪਹਿਲਣ ਜੀ ਉਹ ਝੋਟੀ ਪਹਿਲਣ ਜੀ ਚੌਕੀ ਮੂੰਹ ਚ ਠੀਕ ਹੈ ਇੱਥੇ ਉਰਾ ਕਰੋ ਜੀ ਇੱਕ ਵਾਰੀ ਬੂਥੀ ਤੋਂ ਸ਼ੁਰੂ ਕਰਨਾ ਬੂਥੀ ਵਹਾ ਕੇ ਖਲੋ ਜੀ ਉਰਾ ਇੱਕ ਵਾਰੀ ਛੱਡ ਦੇ ਇਧਰੋਂ ਭਾਈ ਜੀ ਧਿਆਨ ਮਾਰੀਓ ਇਹ ਦੋ ਦੰਦੀਆਂ ਖੜੀਆਂ ਨੇ ਚੌਕੀ ਹੈ ਨਾ ਚੌਕੀ ਹੈ ਪੱਕੀ ਜਿਹੜੀ ਹੈ ਚੌਕੀ ਹੈ ਦੋ ਦੰਦੀਆਂ ਇਹ ਖੜੀਆਂ ਨੇ ਮਾਸ਼ਾਅੱਲਾ ਜੀ ਪਸ਼ਮ ਲੋਹੇ ਰੰਗੀ ਤੇ ਪਹਿਲਣ ਓਕੇ ਗੁੱਲਾ ਵੇਖੋ ਝੋਟੀ ਦਾ ਚੁਆ ਵੇਖੀਓ ਸੀਲ ਸਾਉ ਏਡੀ ਏ ਭਾਈ ਸਮਝ ਲੱਤ ਨਹੀਂ ਲਾਣ ਲੱਗੀ ਕੋਈ ਵੰਗੇ ਦੀ ਲੋੜ ਨਹੀਂ ਕੋਈ ਕਿਸੇ ਸ਼ਹਿਰ ਦੀ ਲੋੜ ਨਹੀਂ ਤੇ ਸਿਰ ਤੋਂ ਲੈ ਕੇ ਪੈਰਾਂ ਤੱਕ ਧੂਹ ਕਾਲੀ ਸਿਰਫ ਪੂਛਲ ਵਿੱਚ 2-3 ਵਾਲ ਆ ਨੇ ਪੂਛਲ ਦੇ ਵਿੱਚ ਤੇ ਦੂਜਾ ਭਾਈ ਬਲਾਲ ਆ ਧੁੰਨੀ ਵੱਲ ਤੇ ਕੋਲੀ ਵੱਲ ਵੀ ਮਾਰੀ ਹੋ ਝੋਟੀ ਦੀ ਵੱਲ ਤੇ ਪਿਛਾ ਜਾਣ ਦਿਓ ਜੀ ਇੱਕ ਵਾਰੀ ਝੋਟੀ ਜਿਹੜਾ ਨਾ ਝੋਟੀ ਦੀ ਟੋਰ ਜਿਹੜੀ ਬਿਲਕੁਲ ਆਰਾਮ ਨਾਲ ਆਪਣੇ ਮੋਸ਼ਨ 'ਚ ਜਾਏ ਨਾ ਵਹਾਣ 'ਚ ਸ਼ੱਕ ਨਹੀਂ ਛੱਡਣਾ ਵੀ ਅਗਲੀ ਗੱਲ ਹੈ ਨਸੀਬਾਂ ਦੀ ਬੱਚਾ ਕੇਸ ਮਗਰ ਇਹ ਤੇ ਮਗਰ ਸਰਕਾਰ ਮੇਰੀ ਕੱਟੀ ਜੇ ਅੱਜ 14-15 ਦਿਨਾਂ ਦੀ ਸਹੀ ਜੇ ਮੈਲਾ ਝੋਟੀ ਟੋਰ ਲਏ ਆ ਠੀਕ ਹੈ ਮੈਲੇ ਲੱਗ ਗਈ ਮਗਰ ਵੀ ਕੱਟੀ ਇਹ ਦੋ ਹੋ ਗਈਆਂ ਪਿਛਾ ਕਰੋ ਮੁੜੋ ਸੋ ਜੇ ਕਿੰਨੀਆਂ ਕੁ ਧਾਰਾਂ ਨੇ ਅੱਜ ਤੱਕ ਭਾਈ ਗੁਲਸ਼ੇਰ ਦੇ ਕੋਲ ਜਿਹੜੀ ਆਪਣੀ ਤਸੱਲੀ ਕੀਤੀ ਹੈ ਕੋਈ ਵੀ ਭਰਾ ਜਿੱਥੋਂ ਵੀ ਆਵੇ ਆ ਕੇ ਬੇਸ਼ੱਕ ਇੱਥੇ ਚੋ ਕੇ ਤਸੱਲੀ ਕਰੇ ਜਾਂ ਆਪਣੇ ਘਰ ਲੈ ਜਾ ਕੇ ਪੂਰਾ ਕਰੇ ਮੈਂ ਕਹਿੰਦਾ ਜੀ ਕੋਈ ਭਰਾ ਆ ਕੇ ਆਪਣੇ ਘਰ ਖੜ ਕੇ ਤਸੱਲੀ ਕਰੇ ਇੱਥੇ ਚੋਏ ਝੋਟੀ ਰੱਤ ਵੀ ਸੱਟਦੀ ਹੈ ਮੌਕੇ ਤੇ ਝੋਟੀ ਕੋਲੇ ਸਾਰੀ ਝੋਟੀ ਕੋਲੇ 11 ਕਿਲੋ ਦੁੱਧ ਹੋਵੇਗਾ 11 ਕਿਲੋ ਜੀ ਠੀਕ ਹੈ ਚੁਆ ਝੋਟੀ ਦਾ ਚੰਗਾ ਹੋਵੇ ਦਾ ਲਾਹ ਧਾਰ ਦੀ ਸੋਨਾ ਹੋਵੇ ਦੀ ਖਾਣ ਪੀਣ ਦੀ ਝੋਟੀ ਚੰਗੀ ਹੈ ਬੱਚੇ ਤੇ ਫਿੱਟ ਹੋਵੇ ਦੀ ਕੋਈ ਉਸ ਗੱਲ ਦਾ ਮੇਰੇ ਕੋਲ 6 ਮੱਝਾਂ ਨੇ 6ਵੇਂ ਮੱਝਾਂ ਆਪਣੇ ਆਪਣੇ ਬੱਚੇ ਤੇ ਅਲਹਮਦੁਲਿਲਾ ਮੱਝਾਂ ਰਿਆਤੀ ਲਿਆਂਦੀਆਂ ਨੇ ਤੇ ਆਪਣੇ ਆਪਣੇ ਬੱਚੇ ਤੇ ਸਾਰੀਆਂ ਮੱਝਾਂ ਮੁਤਮੇਮ ਕਿੰਨੇ ਦੀ ਦੇ ਸਕਣੀ ਹੈ ਭਾਈ ਗੁਲਸ਼ੇਰ ਨੰਬਰ ਜਿਹੜੀ ਹੈ 2 ਇਹ ਭਾਈ ਜੀ ਮੁੱਲ ਸ਼ੁੱਲ ਕਰਨਾ ਹੋਵੇ ਤੇ ਤਾਂ ਤੇ 2.5 ਲੱਖ ਤੇ 2,40,000 ਲੇਕਿਨ ਉਹ ਕਰਨਾ ਕੋਈ ਜ਼ਿੰਦਾਬਾਦ ਜੀ ਇਹ ਝੋਟੀ ਦੇ ਸਕਣੀ ਹੈ ਕਿਸੇ ਭਰਾ ਦੇ ਪਸੰਦ ਆ ਜੇ ਤੇ 2,05,000 ਰਾਜ਼ੀਆਂ ਤੇਰੇ ਤੇ 2,05,000 ਰੁਪਈਏ ਦੀ ਨੰਬਰ 2 ਜਿਹੜੀ ਹੈ ਇਹ ਇੱਧਰ ਵੀ ਭਾਈ ਬਲਾਲ ਥੋੜਾ ਜਿੰਨਾ ਵਿਖਾਣਾ ਹੈ ਵਾ ਪੁੱਛ ਲਈ ਹੈ ਜੋ ਇੰਜ ਬਿਲਕੁਲ ਜੋ ਪਸ਼ਮ ਹੁੰਦੀ ਹੈ ਧਾਗਿਆ ਲੇਟ ਕੇ ਪੁੱਜੇ ਜੇ ਪਾ ਲਓ ਪੁੱਜੇ ਜੇ ਪਾ ਕੇ ਲਿਆਓ ਜੀ ਅੱਗੇ ਜਿਹੜਾ ਨਾ ਨੰਬਰ 3
ਇੱਕ ਪਹਿਲਣ ਤੇ ਇੱਕ ਦੂਜਣ ਤੇ ਅੱਗੇ ਦੋਵੇਂ ਜਿਹੜੀਆਂ ਨੇ ਜੋੜਾ ਤੀਸਰੇ ਸੂਏ ਤੀਸਰੇ ਸੂਹ ਨੇ ਇਹ ਦੋ ਮੱਝਾਂ ਜਿਹੜੀਆਂ ਨੇ ਇਹ ਮੱਝ ਸਰਕਾਰ ਮੇਰੀ ਇਹਦੀਆਂ ਦੋ ਚਵਾਈਆਂ ਜੇ ਕੀਤੀਆਂ ਜੇ ਠੀਕ ਹੈ ਇੱਕ ਸੁਬਾਹ ਦੀ ਤੇ ਇੱਕ ਕੱਲ ਦੀ ਠੀਕ ਹੈ ਬੋਲਾ ਜੇ ਕੱਲ ਇਹ ਮੱਝ ਸੂਈ ਜੇ ਆਈ ਸਮਝ ਜੇ ਜੇਰ ਸ਼ੇਰ ਮੱਝ ਨੇ ਸੜ ਸੜੀ ਹੈ ਸਾਫ਼ ਸੁਥਰੀ ਹੈ ਲਾਹ ਚਵਾ ਦੀ ਚੰਗੀ ਹੈ ਸਾਰੀ ਪਸ਼ਮ ਵਾਲੀ ਹੈ ਤੇ ਲੋਹੀ ਰੰਗੀ ਮੱਝ ਲੋਹੇ ਰੰਗੀ ਭਰਾਵਾਂ ਦੇ ਸਾਹਮਣੇ ਅੱਖਾਂ ਵੀ ਕਾਲੀਆਂ ਤੇ ਬਿਲਕੁਲ ਸੋਹਣਾ ਸਾਫ ਕੋਰੀ ਮੱਝ ਤੀਸਰੇ ਸੂ ਮੱਝ ਆਈ ਸਮਝ ਚਵਾ ਮਾਝ ਦਾ ਚੰਗਾ ਹੋਵੇ ਦਾ ਇੱਥੇ ਪਸਮੇ ਮਾਝ ਸੋਹਣਾ ਥਣ ਬਣਾਏ ਦੀ ਬਿਸਮਿਲਾ ਕਰੇ ਖਾਣ ਪੀਣ ਦੀ ਚੰਗੀ ਹੈ ਜਿਕਣ ਮਾਈ ਸੂਈ ਸੂਈ ਇਸ ਤਰ੍ਹਾਂ ਮਾਈ ਨੇ ਉਹ ਨਹੀਂ ਮਨਾਇਆ ਖਾਣ ਪੀਣ ਮਾਈ ਨੇ ਠੀਕ ਕਰ ਲਿਆ ਭਾਈ ਗੁਲਸ਼ੇਰ ਕੀ ਡਿਮਾਂਡ ਕਰਦੇ ਹੋ ਮਾਈ ਨੰਬਰ ਜਿਹੜੀ ਹੈ 3 ਇਹ ਕਿੰਨੇ ਦੀ ਦੇ ਸੜਨੀ ਹੈ ਕਿਸੇ ਭਰਾ ਨੂੰ ਪਸੰਦ ਆਵੇ ਤੇ ਇਹ ਕਿਸੇ ਭਰਾ ਨੂੰ ਪਸੰਦ ਆ ਜੇ ਤੇ ਇਹ ਮੱਝ ਮੁੱਲ ਸ਼ੁੱਲ ਕੋ ਨਹੀਂ ਕਰਨਾ ਹੈ 2,45,000 ਰੁਪਏ ਦੀ ਮਾਈ ਦੇ ਸੜਨੀ ਜ਼ਿੰਦਾਬਾਦ ਜੀ 2,45,000 ਰੁਪਏ ਦੀ ਨੰਬਰ ਜਿਹੜੀ ਹੈ 3 ਦੇ ਸੜਨੀ ਮਜ਼ੀਦ ਆਏ ਦੀ ਕਦਰ ਜ਼ਰੂਰ ਕਰਨੀ ਅੱਗੇ ਵੀ ਕਰਨੇ ਆ ਲੇਕਿਨ ਕਰਨੇ ਮਕੂਲ ਆ ਕਿਉਂਕਿ ਮਾਲ ਵੀ ਮੇਰਾ ਵੇਖ ਲੈਣਾ ਤੇ ਰੇਟ ਵੀ ਮੇਰਾ ਵੇਖ ਲੈਣਾ ਆਏ ਬੰਦੇ ਦੀ ਕਦਰ ਜ਼ਰੂਰ ਕਰੀ ਦੀ ਇਹ ਮਾਲ ਹਰ ਵੀਡੀਓ ਤੇ ਪਿਆ ਵੇਚਨੇ ਆ ਜਿਹੜਾ ਵੀ ਕੋਈ ਭਰਾ ਆਉਂਦਾ ਉਹਦੀ ਆਏ ਦੀ ਕਦਰ ਜ਼ਰੂਰ ਕਰੀ ਦੀ ਹੈ ਲੇਕਿਨ ਉਹ ਮਾਲ ਦਾ ਤੇ ਮੁੱਲ ਦਾ ਹਿਸਾਬ ਲਾ ਲੇ ਤੇ ਫਿਰ ਉਸ ਹਿਸਾਬ ਦੀ ਕਦਰ ਨੀਦ ਹੁੰਦਾ ਨਾ ਦੇਖੋ ਜੀ ਭਾਈ ਗੁਲਸ਼ੇਰ ਵੀਡੀਓ ਬਣਦੀਆਂ ਪਈਆਂ ਨੇ 5-6 ਮੱਝਾਂ ਲਾਉਂਦੇ ਪਏ ਵਿਕਦੀਆਂ ਪਈਆਂ ਨੇ ਕੋਈ ਵੀ ਭਰਾ ਜਿੱਥੇ ਬਹਿ ਕੇ ਲੈਂਦਾ ਕੋਈ ਬਹਿਸ ਨਹੀਂ ਕਰਦਾ ਨਾ ਨਾ ਕੋਈ ਬੰਦਾ ਬਹਿਸ ਨਹੀਂ ਕਰਦਾ ਭਰਾ ਆਉਂਦੇ ਨੇ ਕੋਈ ਬੰਦੇ ਘਰ ਫੋਨ ਉੱਤੇ ਮੰਗਵਾ ਲੈਂਦੇ ਨੇ ਕੋਈ ਘਰ ਆਉਂਦੇ ਨੇ ਉਹ ਆ ਕੇ ਚੋਦੇ ਨੇ ਚੋ ਕੇ ਤਸੱਲੀ ਕਰਦੇ ਨੇ ਫਿਰ ਗੱਡੀ ਆਖਦੇ ਨੇ ਮੰਗਵਾਓ ਲੈ ਕੇ ਜ਼ਿੰਦਾਬਾਦ ਜੀ ਅੱਗੇ ਜਿਹੜੀ ਇਹ ਨੰਬਰ 4 ਭਾਈ ਗੁਲਸ਼ੇਰ ਜੀ ਜੀ ਸੁਬਾਹ ਤੀਸਰਾ ਜੀ ਕਿੰਨੇ ਦਿਨਾਂ ਦੀ ਸੂਈ ਜੀ ਇਹਨੂੰ ਹੋ ਗਏ ਜੇ ਇੱਕ 17-18 ਦਿਨ ਸੂਈ ਨੂੰ ਰੱਤ ਛੱਤ ਸੱਟ ਬੈਠੀ ਜੀ ਦੁੱਧ ਤੇ ਲੱਗ ਗਈ ਦੁੱਧ ਤੇ ਲੱਗ ਗਈ ਠੀਕ ਹੈ ਬੱਚਾ ਕਿਸ ਮਗਰ ਬੱਚਾ ਇਹਦੇ ਮਗਰ ਕਟਾ ਜੇ ਇਹਦੇ ਮਗਰ ਕਟਾ ਭਾਈ ਗੁਲਸ਼ੇਰ ਕਿੰਨਾ ਕੁ ਦੁੱਧ ਇਸ ਟਾਈਮ ਇਹਦੇ ਕੋਲ ਇਸ ਟਾਈਮ ਇੱਕ ਥਣ ਬੱਚੇ ਨੂੰ ਚੰਗਾ ਕੇ ਤਿੰਨਾਂ ਥਣਾਂ ਵਿੱਚੋਂ ਮੱਝੀ ਕੋਲੇ 11 ਕਿਲੋ ਦੁੱਧ ਹੋਵੇ ਦਾ 11 ਕਿਲੋ ਤਿੰਨਾਂ ਥਣਾਂ ਦਾ ਦੋਵਾਂ ਟਾਈਮਾਂ ਦਾ ਜਿਹਦਾ ਦਿਲ ਕਰਦਾ ਆ ਕੇ ਚੋ ਕੇ ਆਪਣੀ ਤਸੱਲੀ ਕਰੇ ਜ਼ਿੰਦਾਬਾਦ ਜੀ ਕੀ ਡਿਮਾਂਡ ਕਰਦੇ ਹੋ ਭਾਈ ਗੁਲਸ਼ੇਰ ਨੰਬਰ ਜਿਹੜੀ ਹੈ 4 ਮੱਝ ਕਿੰਨੇ ਦੀ ਦੇ ਸੜਨੀ ਹੈ ਕਿਸੇ ਭਰਾ ਨੂੰ ਇਹ ਜੇ ਕਿਸੇ ਭਰਾ ਦੇ ਮਾਈ ਪਸੰਦ ਆ ਜੇ ਤੇ ਉਹਨੂੰ ਮਾਈ ਦੇ ਸੜਨੀ ਹੈ 2,35,000 ਰੁਪਏ ਜ਼ਿੰਦਾਬਾਦ ਜੀ 2,35,000 ਰੁਪਏ ਦੀ ਨੰਬਰ 4 ਇਹ ਨੇ ਨਾ ਭਾਈ ਗੁਲਸ਼ੇਰ ਜਿਹਨਾਂ ਦਾ ਮੁੱਲ ਲਾਣਾ ਹੈ ਜਾ ਚਾਰੇ ਵਹਾ ਸੜੀਆਂ ਨੇ ਅੱਗੇ ਜਿਹੜੀਆਂ ਦੋ ਮੱਝਾਂ ਜੇ ਇੱਕ ਹੈ ਪਹਿਲਣ ਜੀ ਜੀ ਇੱਕ ਮਾਈ ਦੂਜਣ ਜੇ ਇਹ ਬੰਦੇ ਉਹ ਆਏ ਜੇ ਬੰਦਾ ਮੌਜੂਦ ਹੈ ਭਾਈ ਆ ਜਾਓ ਜੀ ਬੋਲੋ ਜੀ ਇੱਕ ਵਾਰੀ ਆ ਜਿਹੜਾ ਝੋਟੀ ਵਹਾ ਸੜੋ ਤੇ ਫਿਰ ਗੱਲਬਾਤ ਜਿਹੜੀ ਹੈ ਸਾਰੀ ਪੁੱਛ ਲੈਂਦੇ ਇਹਨਾਂ ਕੋਲ ਅਸਲਾਮੁਅਲੈਕਮ ਜੀ ਨਾ ਕੀ ਹਾਲ ਹੈ ਬੋਲਣਾ ਜ਼ੋਰ ਨਾਲ ਜ਼ਰਾ ਸੁਣਾ ਆਵਾਜ਼ ਕੈਮਰੇ ਤੱਕ ਪੁੱਜੇ ਨਾ ਕਿਹੜੀ ਜਗ੍ਹਾ ਤੋਂ ਆਏ ਹੋ ਨੌ ਗਰਾਵਾਂ ਜ਼ਿਲ੍ਹਾ ਗੁਜਰਾਲਾ ਤਹਿਸੀਲ ਵਜ਼ੀਰਾਬਾਦ ਇਹ ਗੱਲ ਹੈ ਨਾ ਠੀਕ ਹੈ ਕਿਸ ਤਰ੍ਹਾਂ ਪੁੱਜੇ ਹੋ ਭਾਈ ਗੁਲਸ਼ੇਰ ਤੱਕ ਵੀਡੀਓ ਵੇਖ ਕੇ ਵੀਡੀਓ ਤੇ ਆਏ ਨੇ ਭਾਅ ਜੀ ਜੀ ਤੇ ਭਾਈ ਹੈ ਸਾਡਾ ਗੁਜਰਾਤ ਠੀਕ ਹੈ ਆਦੋ ਵਾਲੇ ਨੇ ਦੁਕਾਨ ਰੱਖੀ ਹੈ ਦੁੱਧ ਦੇਣ ਦੀ ਠੀਕ ਹੈ ਉਹਦੀ ਥਰੂ ਆਏ ਹਾਂ ਜੀ ਤੇ ਅੱਗੂ ਵੀਡੀਓ ਵੇਖੀ ਸੀ ਉਹਨਾਂ ਸਾਨੂੰ ਅੱਛੀ ਲੱਗੀ ਹੈ ਤੇ ਇਸ ਵਜ੍ਹਾ ਤੋਂ ਅਸੀਂ ਮੱਝਾਂ ਵੇਖਣਾ ਗੱਲਬਾਤ ਮਾਲ ਇਹਨਾਂ ਦਾ ਪਸੰਦ ਆਇਆ ਤੁਹਾਨੂੰ ਠੀਕ ਹੈ ਕੈਸੇ ਨੇ ਬੰਦੇ ਭਾਈ ਗੁਲਸ਼ੇਰ ਅੱਛੇ ਕੀ ਮੈਸੇਜ ਦਿਓਗੇ ਜਿਹੜੇ ਭਰਾ ਇਹਨਾਂ ਦੀ ਵੀਡੀਓ ਵੇਖਦੇ ਨੇ ਨਾ ਕੈਸੇ ਨੇ ਬੰਦੇ ਡੇਰੇ 'ਤੇ ਆਏ ਆ ਬੰਦੇ ਦੀ ਕਦਰ ਕਰਦੇ ਠੀਕ ਹੈ ਜਿਸ ਤਰ੍ਹਾਂ ਕਿਹਾ ਜੇ ਮੱਝਾਂ ਦਾ ਉਸੇ ਤਰ੍ਹਾਂ ਰਾਜ਼ੀ ਕਰਕੇ ਧੋ ਰਿਹਾ ਮੱਝਾਂ ਘਰ ਚੁੰਗਣੀਆਂ ਜਾਂ ਵੇਚਣੀਆਂ ਨੇ ਰੱਖਣੀਆਂ ਨੇ ਦੱਸਣਾ ਜੇ ਕਿੰਨੇ ਦੀਆਂ ਲਈਆਂ ਨੇ
ਇਹ ਨਹੀਂ ਰੱਖਣਾ, ਪੜਦਾ ਹੀ ਰੱਖਣਾ। ਚਲੋ ਜੀ, ਅੱਲਾ ਪਾਕ ਤੁਹਾਡੇ ਨਸੀਬ ਕਰੇ, ਕਿਉਂਕਿ ਲਈਆਂ ਨੇ ਤੁਸੀਂ ਚੁੰਘਣ ਵਾਸਤੇ, ਜਿਹੜਾ ਇਹਨਾਂ ਦਾ ਦੁੱਧ ਹੈ ਨਾ ਉਹ ਤੁਹਾਡੇ ਨਸੀਬ ਕਰੇ। ਆ ਜਾਓ ਜੀ ਭਾਈ ਗੁਲਸ਼ੇਰ ਜੀ ਜੀ, ਇੱਥੇ ਵਹਾ ਛੋੜੋ ਬੱਜੀ, ਬਸ ਇਹੀ ਹੈ ਜੋੜਾ ਇਹਨਾਂ ਦਾ, ਇੱਕ ਝੋਟੀ ਝੋਟੀ ਇਹਨਾਂ ਚੋਣ ਵਾਲੀ ਹੈ, ਉਹ ਮੱਝ ਇਹਨਾਂ ਚੋ ਲਈ ਹੈ, ਮੱਝ ਹੀ ਚੋ ਕੇ ਉਹਦਾ ਦੁੱਧ ਸ਼ੁੱਧ ਵੇਖਿਆ ਨੇ, ਚਵਾ ਲਾ ਵੇਖਿਆ ਨੇ, ਤੇ ਜਣੇ ਮੁਤਮਿਨ ਹੋ ਗਏ ਨੇ, ਕਹਿੰਦੇ ਨੇ ਅਸੀਂ ਘਰ ਜਾ ਕੇ ਚੋਵਾਂ ਦੇ, ਇਹਨੂੰ ਨਹੀਂ ਚੋਣਾ। ਦੇਖੋ ਜੀ, ਇੱਕ ਚੋਲ ਹੀ ਨੇ ਜਾ, ਉਹਨਾਂ ਦਾ ਜ਼ੇਹਨ ਮੁਤਮਿਮ ਹੋ ਗਿਆ, ਉਹਨਾਂ ਆਖਿਆ ਲਾਲਾ ਜੀ ਇਹਦੇ ਥੱਲੇ ਨਾ ਜਾ ਲਾਇਓ, ਇਹ ਅਸੀਂ ਘਰ ਹੀ ਜਾ ਕੇ ਚੋਵਾਂ ਦੇ। ਮੈਂ ਕਿਹਾ ਸੱਤ ਬਿਸਮਿਲਾ ਧਾਰ ਗਈ ਹੈ, ਅੱਠਾਂ ਦਿਹਾੜਿਆਂ ਵਿੱਚ ਵੀ ਮੇਰੀ ਮਾਂ ਦੇ ਕਿਸੇ ਥਣ ਵਿੱਚ ਫਰਕ ਨਿਕਲੇ, ਜਿਹੜਾ ਦੁੱਧ ਪਿਆ ਦੱਸਣਾ ਦੁੱਧੋਂ ਫਰਕ ਨਿਕਲੇ, ਜੇ ਮਾਂ ਜੇ ਵੇਲਾ ਕਵੇਲਾ ਕਰੇ ਤਾਂ ਭਰਾ ਦੀ ਜਾਨ ਮੇਰੀ। ਜੀ ਬਿਲਕੁਲ ਜੀ, ਹਾਜ਼ਰ ਹਾਲ ਇੱਥੇ ਇੱਕ ਵਾਰੀ ਦੂਜਿਆਂ ਦੇ ਵੀ ਮਾਰ ਕੇ ਨਾ ਕੈਮਰਾ ਆ ਜਾ। ਭਾਈ ਗੁਲਸ਼ੇਰ ਆਪਣਾ ਨੰਬਰ ਬੋਲੋ, 0300 72 0300 72 400 70 400 70 WhatsApp, Imo, Call, 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 Call,
लाइक भी कर दियो शेयर भी कर दियो इस वीडियो इजाजत इंशाल्लाह अगली वीडियो फिर हाजिर होवांगे पाकिस्तान जिंदाबाद।